ਜੈ ਸਤਿ ਸ਼੍ਰੀ ਅਕਾਲ ਜੀ ਮੈਂ ਆਪ ਸਭ ਦੀ ਹਰ ਸਿਮਰਨ ਗੌਰ ਦੁਬਾਰਾ ਤੁਹਾਡੇ ਸਾਹਮਣੇ ਇੱਕ ਸੈਕਿੰਡ ਵੀਡੀਓ ਅਸੀਂ ਆਪਣੀ ਲੈ ਕੇ ਆ ਰਹੇ ਹਾਂ ਜੋ ਸਾਡੇ ਫਰਸਟ ਸਟੈਪ ਨੂੰ ਜਾਂਦੀ ਹੈ ਨਾਊ ਗ੍ਰਾਮਰ ਦਾ ਫਰਸਟ ਟਾਪਿਕ ਵਿਆਕਰਣ ਦਾ ਪਹਿਲਾ ਟਾਪਿਕ ਨਾਊ ਉਹਦੇ 'ਚ ਅਸੀਂ ਅੱਜ ਪੜ੍ਹਾਂਗੇ ਜਿਵੇਂ ਇਹਨੇ 'ਚ ਦਿੱਤਾ ਹੈ ਪੰਜਾਬੀ ਭਾਸ਼ਾ ਵਿੱਚ ਨਾਮ ਦੀ ਜਾਣ ਪਛਾਣ ਅੱਜ ਅਸੀਂ ਤੁਹਾਨੂੰ ਜਾਣ ਪਛਾਣ ਹੀ ਕਰਾਵਾਂਗੇ ਹਿੰਦੀ 'ਚ ਤੁਸੀਂ ਪੜਿਆ ਨਾਉਨ ਨਾਮ ਹਿੰਦੀ ਚ ਕੀ ਪੜਦੇ ਹੋ ਤੁਸੀਂ ਸੰਗਿਆ ਹਿੰਦੀ ਨੂੰ ਨਾਮ ਨੂੰ ਕੀ ਕਹਿੰਦੇ ਸੰਗਿਆ ਔਰ ਇੰਗਲਿਸ਼ ਚ ਕੀ ਕਹਿੰਦੇ ਨਾਉਨ ਇਟਸ ਨਾਟ ਅ ਬਿਗ ਡੀਲ ਮੈਂ ਤੁਹਾਨੂੰ ਕਿਹਾ ਪਹਿਲੇ ਵੀ ਪਹਿਲੀ ਵੀਡੀਓ ਦੱਸਿਆ ਪੰਜਾਬੀ ਪੜਨਾ ਕੋਈ ਬਹੁਤ ਮੁਸ਼ਕਲ ਚੀਜ਼ ਨਹੀਂ ਹੈ ਚੀਜ਼ਾਂ ਦੇ ਸ਼ਬਦਾਂ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਬੋਲਣ ਦਾ ਸਾਡੇ ਹੈ ਤਾਂ ਆਪਾਂ ਭਾਰਤ ਵਿੱਚ ਹੀ ਰਹਿੰਦੇ ਆ ਕੋਈ ਬਾਹਰ ਤਾਂ ਰਹਿੰਦੇ ਨਹੀਂ ਜਿਹੜੀ ਸਾਨੂੰ ਭਾਸ਼ਾ ਸਮਝ ਨਹੀਂ ਆਏਗੀ ठीक है तो पंजाबी कर रहे हैं बहुत टास्क नहीं है नो समझना आप चलो आज शुरू कर दे अपना नौ टॉपिक जेड़े शब्द किसी मनुख मनुख मतलब इंसान व्यक्ति प्राणी जो बोलते हैं जीव चीज था दे ना नु प्रगट करन ओना नु ना वाक दे हैं। हिंदी में हमने पढ़ा है जिस शब्द से जो व्यक्ति वा, जो व्यक्ति वस्तु प्राणी स्थान आदि के नाम को संज्ञा कहते हैं बोलते है ना ਤਾਂ ਐਸੇ ਹੀ ਪੰਜਾਬੀ ਮੇ ਹੈ ਮਨੁੱਖ ਜੀਵ ਚੀਜ਼ ਥਾਂ ਥਾਂ ਮਤਲਬ ਜਗਾ ਠੀਕੇ ਦੇ ਨਾਂ ਨੂੰ ਪ੍ਰਗਟ ਕਰਨ ਨਾਂ ਮਤਲਬ ਉਹਨਕੇ ਨੇਮ ਨਾਉ ਨੂੰ ਪ੍ਰਗਟ ਕਰਨ ਉਹਨਾਂ ਨੂੰ ਨਾਂ ਵਾਕਦੇ ਹਨ ਜੀਵ ਜਿਵੇਂ ਐਗਜ਼ਾਮਪਲ ਦਿੱਤੇ ਹੋਏ ਹੈ ਇੱਥੇ ਦੇਖੋ ਹੁਣ ਆਪਾਂ ਕੀ ਐਗਜ਼ਾਮਪਲ ਦਿੱਤੇ ਦਿੱਲੀ ਕਿਤਾਬ ਖੋਤਾ ਆਦੀ ਇਹ ਕੁਝ ਸਾਡੇ ਐਗਜ਼ਾਮਪਲ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਜਿਵੇਂ ਐਗਜ਼ੈਪਲਸ ਠੀਕ ਹੈ ਤੇ ਇਹ ਕੀ ਹੈਗੇ ਨੇ ਸਾਡੇ ਨਾਉ ਸੰਗਿਆ ਨਾਉਨ ਜੋ ਵੀ ਤੁਸੀਂ ਕਹਿ ਰਹੇ ਹੋ ਬਟ ਆਪਾਂ ਹੁਣ ਪੰਜਾਬੀ ਪੜ੍ਹ ਰਹੇ ਹਾਂ ਤੇ ਆਪਾਂ ਪੰਜਾਬੀ ਲੈਂਗੁਏਜ ਵਿੱਚ ਗੱਲ ਕਰਾਂਗੇ ਨਾਉ ਨਾਉ ਪੰਜ ਤਰ੍ਹਾਂ ਦੇ ਹੁੰਦੇ ਹਨ ਕਿੰਨੀ ਤਰੀਕੇ ਦੇ ਪੰਜ ਪਹਿਲਾ ਖਾਸ ਨਾਉ ਦੂਜਾ ਆਮ ਨਾਉ ਤੀਜਾ ਇਕੱਠਵਾਚਕ ਨਾਉ ਚੌਥਾ ਵਸੂਵਾਚਕ ਨਾਉ ਪੰਜਵਾਂ ਭਾਵਵਾਚਕ ਨਾਉ ਇਹ ਪੰਜ ਨਾਵਨੇ ਤੁਸੀਂ ਇਹਨਾਂ ਦਾ ਨਾਮ ਯਾਦ ਕਰਨੇ ਹੈ ਤੇ ਇਹਨਾਂ ਦੀ ਇਹ ਕੀ ਹੈਗੇ ਨੇ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਉੱਥੇ ਤੁਹਾਨੂੰ ਚਾਰ ਆਪਸ਼ਨ ਇੱਕ ਸੈਂਟੈਂਸ ਦਿੱਤਾ ਜਾਏਗਾ ਤੇ ਚਾਰ ਆਪਸ਼ਨ ਦਿੱਤੇ ਜਾਣਗੇ ਉਹ ਚਾਰਾਂ 'ਚੋਂ ਤੁਸੀਂ ਇੱਕ ਸਿਲੈਕਟ ਕਰਨਾ ਹੈ ਉਹ ਇੱਕ ਸਿਲੈਕਟ ਕਿਵੇਂ ਹੋ ਸਕਦਾ ਜਦੋਂ ਤੁਹਾਨੂੰ ਉਹਨਾਂ ਦੇ ਬਾਰੇ ਪਤਾ ਹੋਏਗਾ ਤਾਂ ਹੀ ਤੁਸੀਂ ਉਹਨਾਂ ਦਾ ਨਾਮ ਸਿਲੈਕਟ ਕਰ पाओगे ਨਾ ਤੁਸੀਂ ਕੀ ਕਰਨਾ ਹੈ ਸੈਂਟੈਂਸ ਨੂੰ ਸਮਝਣਾ ਹੈ ਸਾਰਾ ਜੋ ਐਂਟ੍ਰੈਂਸ ਐਗਜ਼ਾਮ ਦਾ ਜੋ ਬੇਸਿਕ ਆਪਾਂ ਫੰਡਾ ਕਹਿੰਦੇ ਆ ਜਾਂ ਆਪਾਂ ਜੋ ਵੀ ਲੈਂਗੁਏਜ ਵਿੱਚ ਆਪਾਂ ਕਹਿ ਦਿੰਦੇ ਆ ਕਿ ਪਾਸ ਕਰਨ ਦਾ ਇੱਕ ਹੀ ਤਰੀਕਾ ਹੈ ਚੀਜ਼ ਨੂੰ ਕਨਸੈਪਟ ਨੂੰ ਸਮਝੋ ਤੇ ਨਾਲ ਹੀ ਆਪਣੇ ਅਗਰ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਰਿਹਾ ਕਿ ਹਾਂ ਕੀ ਕਨਸੈਪਟ ਵਿੱਚ ਪੁੱਛ ਰਿਹਾ ਨੌਲੇਜ ਹੋਣੀ ਚਾਹੀਦੀ ਹੈ ਇਟਸ ਅ ਮਾਈਂਡ ਗੇਮ ਕਿ ਤੁਸੀਂ ਕਿਵੇਂ ਸਮਝ ਰਹੇ ਹੋ ਉਸ ਪੇਪਰ ਨੂੰ ਕੀ ਤੁਹਾਨੂੰ ਕੁਐਸਚਨ ਪੁੱਛ ਰਿਹਾ ਤੁਸੀਂ ਕੀ ਸਮਝ ਕੇ ਹੁੰਦੇ ਹੋ ਤਾਂ ਚਾਰਾਂ ਚੋਂ ਸਿਲੈਕਟ ਕਰੋਗੇ ਠੀਕ ਹੈ ਤੇ ਨਾਓ ਆਪਾਂ ਸਟਾਰਟ ਕਰਨੇ ਆ ਪਹਿਲਾ ਪੂਰੇ 10 ਸੈਂਮਬਰ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਇਹ ਵੀਡੀਓਜ਼ ਨੂੰ ਪ੍ਰੋਪਰਲੀ ਦੇਖੋਗੇ ਚੀਜ਼ਾਂ ਨੂੰ ਸਮਝੋਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਉਹ ਨਹੀਂ ਭੁੱਲਣਾ ਬਿਲਕੁਲ ਵੀ ਨਿਊ ਲਕਸ਼ੇ ਅਕੈडमी ਦੇ ਐਪ ਤੇ ਤੁਹਾਨੂੰ ਸਾਰੀ ਵੀਡੀਓਜ਼ ਮਿਲ ਜਾਣਗੀਆਂ ਤੇ ਪਲੱਸ ਜੋਸ ਅਗਰ ਕੁਝ ਸਟੱਡੀ ਵੀਡੀਓਜ਼ YouTube ਤੇ ਵੀ ਅਵੇਲੇਬਲ ਹੋਣਗੀਆਂ ਤੁਸੀਂ ਉਹਦੇ ਤੇ ਵੀ ਦੇਖ ਸਕਦੇ ਹੋ ਫਰਸਟ ਆਂਦਾ ਹੈ ਸਾਡਾ ਖਾਸ ਨਾਓ ਖਾਸ ਨਾਓ ਕੀ ਹੁੰਦਾ ਹੈ ਜਿਹੜੇ ਸ਼ਬਦ ਕਿਸੇ ਖਾਸ ਮਨੁੱਖ ਚੀਜ਼ ਦਾ ਨਾਮ ਪ੍ਰਗਟ ਕਰਨ ਉਹਨਾਂ ਮੈਂ ਕਿਸੇ ਦਾ ਨਾਮ ਪੁੱਛਣੀ ਆ ਜਾਂ ਮੈਂ ਕਿਸੇ ਪਾਰਟਿਕੂਲਰ ਚੀਜ਼ ਦਾ ਨਾਮ ਕਹਤਾ ਤੇ ਉਹ ਕੀ ਹੈਗਾ ਨਾਮ ਮਤਲਬ ਕਿਸੇ ਦਾ ਨੇਮ ਮੈਂ ਪੁੱਛ ਲਿਆ ਉਹ ਕੀ ਹੈ ਖਾਸ ਨਾਉ ਕੋਈ ਨਾਮ ਦੱਸਤਾ ਉਹਨੂੰ ਕੀ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਨੇ ਖਾਸ ਨਾਉ ਜਿਵੇਂ ਅਮਰੀਕਾ ਮਹਿੰਦਰ ਸਿੰਘ ਯਮਨਾ ਆਦੀ ਕੀ ਹੈਗੇ ਨੇ ਅਮਰੀਕਾ ਅਮਰੀਕਾ ਇੱਕ ਜਗ੍ਹਾ ਦਾ ਨਾਮ ਹੈ ਦਿੱਲੀ ਭਾਰਤ ਇਹ ਚੀਜ਼ਾਂ ਦੇ ਪਾਰਟਿਕੂਲਰ ਨਾਂ ਹੋ ਗਏ ਇੱਕ ਚੀਜ਼ ਆ ਖਾਸ ਨਾਮ ਹੋ ਗਿਆ ਓ ਕੀ ਹੈ ਸਾਡਾ ਖਾਸ ਨਾਮ ਅਸੀਂ ਕਿਦੇ ਬਾਰੇ ਗੱਲ ਕਰ ਰਹੇ ਆ ਖਾਸ ਨਾਮ ਦੇ ਬਾਰੇ ਨੈਕਸਟ ਆਨ ਦਾ ਆਮ ਨਾਉ ਆਮ ਨਾਉ ਕੀ ਹੁੰਦਾ ਹੈ ਨੈਕਸਟ ਆਮ ਨਾਉ ਤੇ ਜਾਤੀਵਾਚਕ ਨਾ ਜਿਹੜੇ ਸ਼ਬਦ ਕਿਸੇ ਕਿਸੇ ਤਰ੍ਹਾਂ ਦੀ ਸਾਰੀਆਂ ਚੀਜ਼ਾਂ ਜਾਂ ਸਮੁੱਚੀ ਜਾਤੀ ਵਰਤੇ ਜਾਣ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਕਹਿੰਦੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਸ਼ੇਰਾਂ ਦਾ ਛੂਨ ਜਾਂ ਕਿਸੇ ਬਾਰੇ ਵੀ ਇੱਕ ਗਰੁੱਪ ਕਹਿ ਦਿੰਦੇ ਆ ਇੰਗਲਿਸ਼ ਵਿੱਚ ਆਪਾਂ ਇਹਨੂੰ ਵਰਡ ਯੂਜ਼ ਕਰਦੇ ਕਲੈਕਟਿਵ ਨਾਉਨ ਤੇ ਉਹ ਕੀ ਹੋ ਗਿਆ ਕਲੈਕਟਿਵ ਨਾਉਨ ਜਾਤੀਵਾਚਕ ਨਾਉ ਮਤਲਬ ਜੇ ਇੱਕ ਗਰੁੱਪ ਦਾ ਨਾਮ ਲੈ ਲੈ ਕਾਮਨ ਨੇਮ ਲੈ ਲਿਆ ਕਿ ਆ ਇੱਕ ਜਾਤੀਵਾਚਕ ਨਾਉ ਹੈ ਕਲੈਕਟਿਵ ਨਾਉਨ ਹੈ ਤੇ ਉਹ ਕੀ ਹੋ ਗਿਆ ਸਾਡਾ ਜਾਤੀਵਾਚਕ ਨਾ ਜਿਹੜੇ ਸ਼ਬਦ ਕਿਸੇ ਤਰ੍ਹਾਂ ਦੀ ਸਾਰੀ ਚੀਜ਼ਾਂ ਜਾਂ ਸਮੂੱਚੀ ਜਾਤੀ ਸਮੂੱਚੀ ਮਤਲਬ ਗਰੁੱਪ ਇਕੱਠੇ ਕਰਕੇ ਉਹਨਾਂ ਨੂੰ ਕੀ ਕਹਿੰਦੇ ਹਨ ਜਾਤੀਵਾਚਕ ਨਾ ਨੈਕਸਟ ਇਜ਼ ਇਕੱਠਵਾਚਕ ਨਾਉ ਜਿਹੜੇ ਸ਼ਬਦ ਕੁਝ ਗਿਣਤੀਆਂ ਜਾਂ ਸੱਕਣ ਵਾਲੀ ਚੀਜ਼ਾਂ ਦੇ ਇਕੱਠ ਨੂੰ ਜਾ ਸਮੂਹ ਲਈ ਵਰਤੇ ਜਾਣ ਉਹਨਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਹਨ ਜਿਵੇਂ ਫੌਜ ਜਾਂ ਟੀਮ ਇਹ ਉਹਨਾਂ ਨੇ ਦਿੱਤਾ ਹੈ ਇਕੱਠਵਾਚਕ ਨਾਂ ਚ ਆ ਗਿਆ ਜਿਹੜੇ ਸ਼ਬਦ ਕੁਝ ਗਿਣਤੀਆਂ ਜਾਂ ਸਕਣ ਵਾਲੀ ਮਤਲਬ ਕੁਝ ਗਿਣ ਸਕਦੇ ਆਸੀਂ ਉਹਨਾਂ ਨੂੰ ਗਰੁੱਪਿਚ ਤਾਂ ਦਿੱਤਾ ਹੈ ਬਟ ਅਸੀਂ ਕਾਊਂਟ ਕਰ ਸਕਦੇ ਆ ਤੇ ਉਹ ਸਾਡਾ ਕੀ ਹੋ ਜਾਏਗਾ ਇਕੱਠਵਾਚਕ ਲਾਸਟ 4th ਨੰਬਰ ਲਾਸਟ ਸੈਕਿੰਡ ਅਸੀਂ ਇਹਦੀ ਗੱਲ ਕਰ ਰਹੇ ਹਾਂ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਕੀ ਹੈ ਜਿਹੜੇ ਸ਼ਬਦ ਕੁਝ ਤੋਲਿਆ ਜਾਂ ਮਿਣੀਆਂ ਜਾ ਸਕਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਵਸਤੂਵਾਚਕ ਨਾਮ ਆਖਦੇ ਹਨ ਜਿਵੇਂ ਲੋਹਾ ਪਾਣੀ ਰੇਤ ਕਪੜਾ ਆਦਿ ਹੁਣ ਇਹਦੇ 'ਚ ਸਮਝਾਉਣਾ ਕੀ ਜਾ ਰਿਹਾ ਹੈ ਵਸਤੂਵਾਚਕ ਨਾਮ ਉਹਦੇ 'ਚ ਇਹ ਕਹਿ ਰਿਹਾ ਹੈ ਜਿਹੜੇ ਸ਼ਬਦ ਕੁਝ ਵੀ ਅਸੀਂ ਤੋਲ ਸਕਦੇ ਆ ਉਹਨਾਂ ਨੂੰ ਮੀਜ਼ਰ ਕਰ ਸਕਦੇ ਆ ਈਜ਼ੀਲੀ ਤੁਸੀਂ ਕੱਪੜੇ ਨੂੰ ਨਾਪ ਸਕਦੇ ਹੋ ਕਿਸੇ ਚੀਜ਼ ਨੂੰ ਤੋਲ ਸਕਦੇ ਹੋ ਅਸੀਂ ਕਹਿੰਦੇ ਹਾਂ ਕੁਝੰਨੀ ਚੀਜ਼ ਹੈ ਜਾਂ ਇੰਨਾ ਮਤਲਬ ਇੱਕ ਕਾਊਂਟ ਕਰ ਸਕਦੇ ਹੋ ਕੁਆਂਟੀਟੀ ਦੱਸ ਸਕਦੇ ਹੋ ਕਿ ਹਾਂ ਐਨੀ ਚੀਜ਼ ਹੈ ਤੇ ਉਹ ਕੀ ਹੋ ਗਿਆ ਸਾਡਾ ਵਸਤੂਵਾਚਕ ਮਤਲਬ ਅਗਰ ਕਿਸੇ ਮੈਟੀਰੀਅਲਿਸਟਿਕ ਦੀ ਗੱਲ ਕਰ ਰਹੇ ਹਾਂ ਮੈਟੀਰੀਅਲ ਨਾਉਨ ਹੁੰਦਾ ਹੈ ਨਾ ਇੰਗਲਿਸ਼ ਚ ਆਪਾਂ ਮੈਟੀਰੀਅਲ ਨਾਉਨ ਪੜ੍ਹਨਾ ਤੇ ਉਹ ਹੁੰਦਾ ਹੈ ਵਸਤੂਵਾਚਕ ਨਾਮ ਲਾਸਟ ਬਟ ਨਾਟ ਲੀਸਟ ਠੀਕ ਹੈ ਇਹ ਟਾਪਿਕ ਕੀ ਹੈ ਸਾਡਾ ਵਸਤੂਵਾਚਕ ਨਾਮ ਵਸਤੂਵਾਚਕ ਜਿਹੜੇ ਸ਼ਬਦਾਂ ਦੇ ਕਿਸੇ ਚੀਜ਼ ਦੇ ਗੁਣ ਜਾਂ દોਸ਼ ਦਾ ਗਿਆਨ ਹੋਵੇ ਜਾਂ ਕੇਵਲ ਅਨੁਭਵ ਕੀਤਾ ਜਾ ਸਕੇ ਉਹ ਕੀ ਕਹਿੰਦੇ ਹਨ ਉਹਨਾਂ ਨੂੰ ਉਹਨਾਂ ਨੂੰ ਪਾਵਵਾਚ ਕਹਿੰਦੇ ਆ ਜਿਵੇਂ ਮੈਨੂੰ ਗੁੱਸਾ ਆ ਰਿਹਾ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਤਾਂ ਕੀ ਉਹ ਮੇਰਾ ਪਾਵ ਹੈ ਮੈਂ ਬਹੁਤ ਪਿਆਰ ਨਾਲ ਗੱਲ ਕਰ ਰਹੀ ਹਾਂ ਉਹ ਪਿਆਰ ਨਾਲ ਰਹਿੰਦਾ ਹੈ ਪਿਆਰ ਮਤਲਬ ਇੱਕ ਪਾਵ ਹੈ ਉਹਦਾ ਠੀਕ ਹੈ ਪਾਵ ਮਤਲਬ ਕਿਸੇ ਦੀ ਫੀਲਿੰਗ ਐਕਸਪ੍ਰੈਸ ਕਰਨਾ ਉਸ ਚੀਜ਼ ਨੂੰ ਉਹ ਕੀ ਹੁੰਦਾ ਹੈ ਪਾਵਵਾਚ ਜਿਵੇਂ ਉਹਨਾਂ ਨੇ ਐਗਜ਼ਾਮਪਲ ਦਿੱਤਾ ਹੈ ਪਾਪ ਬਿਮਾਰੀ ਬਚਪਨ ਆਦੀ ਪਾਪ ਕਰਨਾ ਪੁੰਨ ਕਰਨਾ ਇਹ ਸਭ ਕੀ ਹੈ ਵੀ ਪਾਪ ਭਾਵ ਹੈ ਨਾ ਪਾਪਵਾਚਕ ਨਾ ਹੋ ਗਿਆ ਬਿਮਾਰੀ ਬਚਪਨ ਬੁਢਾਪਾ ਜਵਾਨੀ ਇਹ ਜਿਹੜੇ ਸ਼ਬਦ ਨੇ ਇਹ ਕੀ ਨੇ ਇਹ ਭਾਵਵਾਚਕ ਨਹੀਂ ਤੇ ਇਹ ਸਾਡੇ ਕੀ ਕੰਪਲੀਟ ਹੁੰਦੇ ਆ ਇੱਕ ਗ੍ਰਾਮਰ ਦਾ ਟੋਪਿਕ ਆਲਮੋਸਟ ਅਸੀਂ ਕੰਪਲੀਟ ਕਰ ਚੁੱਕੇ ਹਾਂ ਅਸੀਂ ਇਹਦੀ ਵਰਕਸ਼ੀਟਸ ਕੁਝ ਸ਼ੇਅਰ ਕਰਾਂਗੇ ਹੋ ਸਕਦਾ ਹੈ ਅਸੀਂ ਆਨ ਵਾਲੀ ਵੀਡੀਓ ਛੱਸੀ ਜੇ ਦੀ ਪ੍ਰੈਕਟਿਸ ਕਰਾਈਏ ਤੇ ਨੈਕਸਟ ਟਾਪਿਕ ਤਾਂ ਅਸੀਂ ਕਰਾਂਗੇ ਹੀ ਕਰਾਂਗੇ ਨੈਕਸਟ ਵੀਡੀਓਜ਼ ਵਿੱਚ ਹੋਪ ਯੂ ਲਾਈਕਡ ਇਟ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੇ ਪਲੀਜ਼ ਇਹਨੂੰ ਲਾਈਕ ਸ਼ੇਅਰ ਦਾ ਪਲੀਜ਼ ਇੱਕ ਬਟਨ ਪ੍ਰੈਸ ਕਰਨਾ ਹੈ ਉਹ ਤਾਂ ਹੋ ਹੀ ਸਕਦਾ ਮੈਨੂੰ ਲੱਗਦਾ ਤੇ ਪਲੀਜ਼ ਥੈਂਕ ਯੂ ਸੋ ਮਚ